ਅੱਧਾ ਘੰਟਾ ਵੀ ਨਹੀਂ ਪਿਆ ਮੀਂਹ ਤੇ ਡੁੱਬ ਗਿਆ ਸ਼ਹਿਰ। ਵਹਿੰਦੇ ਦਰਿਆ ਬਣ ਗਈਆਂ ਸੜਕਾਂ, ਗਲੀਆਂ 'ਚ ਨਦੀਆਂ ਵਾਂਗ ਵਹਿ ਰਿਹਾ ਪਾਣੀ। ਜੀ ਹਾਂ, ਅੱਧਾ ਘੰਟਾ ਵੀ ਇੱਥੇ ਮੀਂਹ ਨਹੀਂ ਪਿਆ ਤੇ ਹਾਲ ਦੇਖ ਲਓ ਇਸ ਸ਼ਹਿਰ ਦੇ, ਪੂਰਾ ਦਾ ਪੂਰਾ ਸ਼ਹਿਰ ਹੀ ਪਾਣੀ ਦੇ ਵਿੱਚ ਡੁੱਬਿਆ ਪਿਆ ਤੇ ਲੋਕ ਹਾਲੋ ਬੇਹਾਲ ਹੋ ਗਏ ਨੇ। ਤਸਵੀਰਾਂ ਪੰਜਾਬ ਦੇ ਹੀ ਨਾਭਾ ਸ਼ਹਿਰ ਦੀਆਂ ਨੇ, ਜਿੱਥੇ ਮਹਿਜ਼ ਅੱਧਾ ਘੰਟਾ ਹੀ ਮੀਂਹ ਪਿਆ ਹੈ ਤੇ ਉਸ ਤੋਂ ਬਾਅਦ ਹਾਲ ਦੇਖ ਲਓ ਇਸ ਸ਼ਹਿਰ ਦੇ, ਕਿਸ ਕਦਰ ਪਾਣੀ ਭਰਿਆ ਹੋਇਆ ਹੈ। ਸੜਕਾਂ ਦਰਿਆ ਬਣ ਗਈਆਂ ਨੇ, ਗਲੀਆਂ ਵੀ ਨਦੀਆਂ ਬਣ ਗਈਆਂ ਨੇ, ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਜਾ ਚੁੱਕਿਆ ਹੈ। ਇਸ ਪਾਣੀ ਦੇ ਵਿੱਚ ਗੱਡੀਆਂ ਤਾਂ ਬੰਦ ਪਈਆਂ ਹੀ ਨੇ, ਲੋਕਾਂ ਦਾ ਤੁਰਨਾ ਵੀ ਮੁਹਾਲ ਹੋ ਗਿਆ ਕਿਉਂਕਿ ਲੱਖ ਲੱਖ ਤੱਕ ਪਾਣੀ ਹੈ ਜਿਸ ਵਿੱਚ ਚੱਲਣਾ ਵੀ ਔਖਾ ਆ ਤੇ ਲੋਕ ਘਰਾਂ ਦੇ ਅੰਦਰ ਕੈਦ ਹੋ ਗਏ ਨੇ। ਜਿਨ੍ਹਾਂ ਦੇ ਘਰਾਂ ਦੇ ਅੰਦਰ ਪਾਣੀ ਚਲਾ ਗਿਆ ਹੈ ਉਹਨਾਂ ਦਾ ਵੀ ਕਾਫੀ ਨੁਕਸਾਨ ਹੋ ਚੁੱਕਿਆ ਹੈ ਤੇ ਲੋਕ ਪ੍ਰਸ਼ਾਸਨ ਨੂੰ ਕੋਸ ਰਹੇ ਨੇ ਕਿ ਜੇਕਰ ਸੀਵਰੇਜ ਸਿਸਟਮ ਸਹੀ ਹੁੰਦਾ ਤਾਂ ਅੱਧੇ ਘੰਟੇ ਦੀ ਵੀ ਇਹ ਸ਼ਹਿਰ ਮਾਰ ਨਹੀਂ ਚੱਲ ਸਕਿਆ। ਜੇ ਸੀਵਰੇਜ ਸਿਸਟਮ ਠੀਕ ਹੁੰਦਾ ਤਾਂ ਸ਼ਾਇਦ ਇੱਥੇ ਪਾਣੀ ਨਾ ਖੜਦਾ। ਮੀਂਹ ਰੁਕਣ ਤੋਂ ਬਾਅਦ ਵੀ ਦੇਖੋ ਕਿ ਇੱਥੇ ਪਾਣੀ ਹਾਲੇ ਵੀ ਭਰਿਆ ਹੋਇਆ ਹੈ ਜੋ ਕਿਸੇ ਪਾਸੇ ਨਹੀਂ ਨਿਕਲ ਰਿਹਾ। ਕਈ ਥਾਵਾਂ 'ਤੇ ਤਾਂ ਪਾਣੀ ਠਹਿਰਿਆ ਹੋਇਆ ਹੈ ਤੇ ਕਈ ਥਾਵਾਂ 'ਤੇ ਨਦੀਆਂ ਦੇ ਵਾਂਗ ਵਹਿ ਰਿਹਾ ਹੈ ਜਿਹਦੇ ਵਿੱਚੋਂ ਲੋਕ ਨਿਕਲ ਨਹੀਂ ਪਾ ਰਹੇ। ਨਾਭਾ ਸ਼ਹਿਰ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਮਹਿਜ਼ ਅੱਧਾ ਘੰਟਾ ਵੀ ਹਲੇ ਬਰਸਾਤ ਨਹੀਂ ਹੋਈ ਤੇ ਇੱਥੇ ਗਲੀਆਂ ਤੇ ਸੜਕਾਂ ਜਲ ਥਲ ਹੋ ਗਈਆਂ ਨੇ, ਜਿੱਥੋਂ ਲੋਕ ਪੈਦਲ ਵੀ ਨਹੀਂ ਲੰਘ ਪਾ ਰਹੇ। ਗੱਡੀਆਂ ਤਾਂ ਪਹਿਲਾਂ ਹੀ ਇਸ ਪਾਣੀ ਦੇ ਵਿੱਚ ਬੰਦ ਹੋ ਚੁੱਕੀਆਂ ਨੇ, ਜਿਨ੍ਹਾਂ ਨੂੰ ਰੇੜ ਕੇ ਕੱਢਣਾ ਪੈ ਰਿਹਾ ਹੈ। ਦੂਜੇ ਪਾਸੇ ਲੋਕਾਂ ਨੇ ਘਰਾਂ ਦੇ ਅੰਦਰ ਦੇ ਹਾਲ ਤੱਕ ਦਿਖਾਏ ਨੇ ਕਿ ਘਰਾਂ ਦੇ ਅੰਦਰ ਪਾਣੀ ਵੜ ਚੁੱਕਿਆ ਹੈ, ਦੁਕਾਨਾਂ ਦੇ ਅੰਦਰ ਪਾਣੀ ਵੜ ਚੁੱਕਿਆ ਹੈ, ਕਈਆਂ ਦੀਆਂ ਮਸ਼ੀਨਾਂ ਸਮਾਨ ਖਰਾਬ ਹੋ ਚੁੱਕਿਆ ਹੈ, ਜਿਸ ਲਈ ਉਹ ਪ੍ਰਸ਼ਾਸਨ ਨੂੰ ਕੋਸ ਰਹੇ ਨੇ, ਭੜਾਸ ਕੱਢ ਰਹੇ ਨੇ ਕਿ ਇੱਥੇ ਸੀਵਰੇਜ ਸਿਸਟਮ ਸਹੀ ਨਹੀਂ ਕੀਤਾ ਜਾ ਰਿਹਾ, ਦਰੁਸਤ ਹੋਵੇ ਤਾਂ ਇੱਥੇ ਪਾਣੀ ਖੜੇ ਹੀ ਨਾ। ਮੀਂਹ ਰੁਕਣ ਤੋਂ ਬਾਅਦ ਵੀ ਇਹ ਪਾਣੀ ਇਸੇ ਤਰ੍ਹਾਂ ਹੀ ਖੜਿਆ ਰਹਿੰਦਾ ਹੈ ਅਤੇ ਪਾਣੀ ਨੂੰ ਨਿਕਲਣ ਦੇ ਵਿੱਚ ਕਈ ਕਈ ਦਿਨ ਲੰਘ ਜਾਂਦੇ ਨੇ। ਉੱਪਰੋਂ ਧੁੱਪ ਤੇ ਗਰਮੀ ਹੁੰਦੀ ਹੈ ਪਰ ਥੱਲੇ ਪਾਣੀ ਖੜਾ ਹੁੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸੀਵਰੇਜ ਸਿਸਟਮ ਸਹੀ ਹੋਵੇ ਤਾਂ ਸ਼ਹਿਰ ਦੇ ਵਿੱਚ ਅਜਿਹਾ ਕੁਝ ਵੀ ਨਾ ਹੋਵੇ ਤੇ ਲੋਕ ਵੀ ਆਰਾਮ ਨਾਲ ਮੀਂਹ ਦੇ ਵਿੱਚ ਵੀ ਚੱਲ ਸਕਦੇ ਨੇ, ਪਰ ਹੁਣ ਤਾਂ ਮੀਂਹ ਰੁਕਣ ਤੋਂ ਬਾਅਦ ਵੀ ਉਹ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ। ਕਹਿੰਦੇ ਦੇ ਬਾਵਜੂਦ ਵੀ ਦੇਖ ਲਓ ਪਾਣੀ ਅੰਦਰ ਵੜ ਕੇ ਸਾਰੀਆਂ ਮਸ਼ੀਨਾਂ ਖਰਾਬ ਹੋ ਗਈਆਂ, ਨੁਕਸਾਨ ਹੋ ਗਿਆ, ਸਾਰਾ ਪੇਪਰ ਭਿੱਜ ਗਿਆ। ਦੱਸੋ ਇਹਦੀ ਭਰਪਾਈ ਕੌਣ, ਸਰਕਾਰ ਕਰੂ, ਕੌਣ ਕਰੂਗੀ? ਕਹਿੰਦੇ ਸੜਕਾਂ ਉੱਚੇ ਚੱਕ ਦੀਏ, ਉੱਚੇ ਚੱਕ ਦੀਏ, ਉੱਚੇ ਚੱਕ ਕੇ ਤਾਂ ਹੋਰ ਸਾਡੇ ਤਾਂ ਘਰ 'ਚ ਅੰਦਰ ਵੀ ਪਾਣੀ ਵੜੂਗਾ, ਕੀ ਕਰੀਏ ਇਸਦਾ? ਗਰੀਬ ਬੰਦੇ ਛੱਤਾਂ ਉੱਚੇ ਚੱਕੇਗਾ, ਫਰਸ਼ ਉੱਚੇ ਚੱਕੀਏ, ਕੀ ਕਰੀਏ? ਅਸੀਂ ਬਿਮਾਰ ਬੰਦੇ ਆ ਕੇ ਦੋਨੋਂ ਜਣੇ ਪਾਣੀ ਚੱਕੀ ਕਰਾਂਗੇ ਤਾਂ ਆਪਣੇ ਸਰੀਰ ਦਾ ਕਰਾਂਗੇ? ਬਹੁਤ ਔਖੀਆਂ ਸਨ, ਤਾਂ ਡਰੇਨ ਦੇ ਪੇਸ਼ੈਂਟ ਆ ਮੈਂ ਤਾਂ, ਕੀ ਕਰੀਏ ਕੀ ਨਾ ਕਰੀਏ ਦੱਸੋ? ਅਸੀਂ ਕੌਣ ਕੱਢੂ, ਕਮੇਟੀ ਕੱਢੂ ਆ ਕੇ ਪਾਣੀ ਅੰਦਰੋਂ? ਹਾਲਾਤ ਬਣੇ ਅੱਧੇ ਘੰਟੇ ਦੀ ਮੀਂਹ ਨਾਲ, ਇਹ ਤਾਂ ਦੂਜੀ ਬਾਰਿਸ਼ ਹੋਈ ਹੈ ਇਸ ਵਾਰ ਮੌਸਮ ਤੋਂ ਲੈ ਕੇ, ਅੱਧੇ ਘੰਟੇ ਬਾਰਿਸ਼ ਨੇ ਜਲ ਥਲ ਕੀਤੀ ਪਈ ਹੈ, ਨਾ ਨਾਲੇ ਸਫਾਈ ਹੋਈ, ਨਾ ਛੋਟੇ ਨਾਲੇ ਸਫਾਈ ਹੋਈ, ਅੱਗੇ ਜਾ ਕੇ ਪਤਾ ਕੀ ਬਣੂ ਜੇ ਹੁਣੇ ਇਹ ਹਾਲਾਤ ਨੇ। ਪਾਣੀ ਵੜ ਗਿਆ ਘਰ, ਪਾਣੀ ਘਰ ਅੰਦਰ ਵੜਿਆ ਹੋਇਆ ਜੀ, 5:30 ਵਜੇ ਲੱਗੇ ਪਿਆ ਕੱਢਣ, ਸਾਰਾ ਮਹੱਲਾ ਦੇਖ ਲਓ ਆ ਕੇ, ਕੱਲਾ ਘਰ ਚੈੱਕ ਕਰ ਲਓ ਪਾਣੀ ਅੰਦਰ, ਸਭ ਦੇ ਘਰਾਂ ਦੇ ਕਿੰਨਾ ਕੁ ਮੀਂਹ ਪਿਆ ਜੀ? ਮੀਂਹ ਤਾਂ ਅਸੀਂ ਅੱਧਾ ਘੰਟਾ ਮੀਂਹ ਪਿਆ ਸਿਰਫ, ਅੱਧੇ ਘੰਟੇ ਮੀਂਹ ਨੇ ਹਾਲਾਤ ਕਰਤੇ ਜੀ। ਸਾਨੂੰ 6 ਮਹੀਨੇ ਕਹਿੰਦੇ ਆ ਰਹੇ ਵੀ ਸਾਡਾ ਬਸੰਤਪੁਰ ਮਹੱਲਾ ਨਾਲਾ ਸਾਫ ਕਰ ਦਿਓ ਜੀ, ਪੱਪੂ ਜੀ ਨੂੰ ਕਿਹਾ, MLA ਸਾਹਿਬ ਨੂੰ ਕਿਹਾ, ਕਿਸੇ ਨੇ ਸਾਡੀ ਸੁਣੀ ਨਹੀਂ ਹੈਗੀ ਜੀ। ਹੁਣ ਬੱਚਾ ਸਕੂਲ ਜਾਣਾ, ਦੱਸੋ ਕਿਵੇਂ ਜਾਣਗੇ ਬੱਚੇ?